ਕ੍ਰੀਡਿਅਨਸਾ ਟੀਵੀ ਦੇ ਨਾਲ ਤੁਸੀਂ ਜੁੜੇ ਹੋਈ ਹੋ ਮੈਂ ਹਾਂ ਸ਼ੀਤਲ ਠਾਕੁਰ ਖਬਰਾਂ ਦਾ ਬੁਲੇਟਨ ਲੈ ਕੇ ਹਾਜ਼ਰ ਹੋ ਚੁੱਕੀ ਹਾਂ ਆਓ ਇੱਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਬਾਈਡਨ ਨੇ ਯੂਕਰੇਨ ਦੇ ਰਾਸ਼ਟਰਪਤੀ ਦੇ ਨਾਲ ਕੀਤੀ ਗੱਲਬਾਤ ਜਤਾਈ ਵਚਨਬੱਧਤਾ ਗੈਰ ਕਾਨੂੰਨੀ ਢੰਗ ਦੇ ਨਾਲ ਯੂਐਸ ਦੇ ਵਿੱਚ ਦਾਖਲ ਹੋਏ ਭਾਰਤੀਆਂ ਨੂੰ ਕੀਤਾ ਗਿਆ ਰਿਹਾ ਵਾਪਸ ਭੇਜਣ ਦੀ ਪ੍ਰਕਿਰਿਆ ਜਾਰੀ ਸਾਫਕਾਉ ਉਪ ਰਾਸ਼ਟਰਪਤੀ ਅਨਸਾਰੀ ਅਮਰੀਕੀ ਐਮਪੀਜ਼ ਨੇ ਭਾਰਤ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਤੇ ਪ੍ਰਗਟਾਈ ਚਿੰਤਾ ਟਰੱਕਰ ਦੇ ਕਾਫਲੇ ਸੰਬੰਧੀ ਐਮਪੀਜ਼ ਨੂੰ ਜਾਰੀ ਕੀਤੀ ਗਈ ਚੇਤਾਵਨੀ ਮੂਰ ਨੇ ਕਿਹਾ ਸਾਨੂੰ ਇਸ ਵਾਰਸ ਦੇ ਨਾਲ ਜਿਉਣਾ ਸਿੱਖਣਾ ਪਵੇਗਾ। ਦੇਸ਼ ਭਰ ਦੇ ਵਿੱਚ ਫਿਰ ਤੋਂ ਖੁੱਲਣਗੇ ਸਕੂਲ ਜਲਦ ਐਡਵਾਈਸਰੀ ਜਾਰੀ ਕਰ ਸਕਦਾ ਹੈ ਕੇਂਦਰ। ਭਾਰਤ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਕਰੋਨਾ ਮਾਮਲਿਆਂ ਦੇ ਵਿੱਚ ਆਈ ਗਿਰਾਵਟ। ਪੰਜਾਬ ਦੌਰੇ ਤੇ ਆਏ ਹਰਵਿੰਦ ਕੇਜਰੀਵਾਲ ਨੇ ਲਪੇਟੇ ਦੇ ਵਿੱਚ ਲੈ ਨਵਜੋਤ ਸਿੱਧੂ ਲਗਾਏ ਵੱਡੇ ਇਲਜ਼ਾਮ। ਪੰਜਾਬ ਦੇ ਵਿੱਚ ਕਾਂਗਰਸ ਖੁਦ ਇਕਜੁੱਟ ਨਹੀਂ ਸੂਬੇ ਨੂੰ ਕਿਸ ਤਰ੍ਹਾਂ ਕਰੇਗੀ ਇਕਜੁੱਟ? ਮਹਾਤਮਾ ਗਾਂਧੀ ਤੇ ਵਿਵਾਦਿਤ ਟਿੱਪਣੀ ਕਰਨ ਵਾਲੇ ਕਾਲੀ ਚਰਨ ਨੂੰ ਮਿਲੀ ਜ਼ਮਾਨਤ। ਰਾਹੁਲ ਗਾਂਧੀ ਦਾ ਅਹਿਮ ਬਿਆਨ ਕਿਹਾ ਕਾਂਗਰਸੀ ਕਾਰਕੁਨਾ ਤੋਂ ਪੁੱਛ ਕੇ ਤੈਅ ਕਰਾਂਗੇ ਸੀਐਮ ਦਾ ਚਿਹਰਾ ਭਾਜਪਾ ਦਾ ਮਾਸਟਰ ਸਟ੍ਰੋਕ ਸਥਿਤ ਹੋਵੇਗੀ ਮਾਈਕਰੋ ਡੋਸ਼ੇ ਨਿਸ਼ਾਨ ਭਾਜਪਾ ਦਾ ਮਾਸਟਰ ਸਟ੍ਰੋਕ ਸਾਬਿਤ ਹੋਵੇਗੀ ਮਾਈਕਰੋ ਡੋਨੇਸ਼ਨ ਮੁਹਿੰਮ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਯੂਕਰੇਨ ਦੇ ਆਪਣੇ ਹਮ ਰਤਬਾ ਬੋਲੋਮੀਰ ਜੇਲਨਸਕੀ ਦੇ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੇ ਦੇਸ਼ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੇ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਅਮਰੀਕਾ ਨੇ ਰੂਸ ਨੂੰ ਯੂਕਰੇਨ ਤੇ ਹਮਲਾ ਕਰਨ ਤੋਂ ਰੋਕਣ ਦੇ ਲਈ ਉਸ ਦੇ ਖਿਲਾਫ ਗਲੋਬਲ ਦਬਾਅ ਵੀ ਬਣਾਇਆ। ਵਾਈਟ ਹਾਊਸ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਰਾਸ਼ਟਰਪਤੀ ਜੋ ਬਾਈਡਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜੇਕਰ ਯੂਕਰੇਨ ਤੇ ਰੂਸ ਹਮਲਾ ਕਰਦਾ ਹੈ ਤਾਂ ਆਪਣੇ ਸਹਿਯੋਗੀਆਂ ਤੇ ਹਿੱਸੇਦਾਰਾਂ ਦੇ ਨਾਲ ਅਮਰੀਕਾ ਇਸ ਦਾ ਫੈਸਲਾ ਕੂਨ ਰੂਪ ਦੇ ਵਿੱਚ ਜਵਾਬ ਦੇਣ ਦੇ ਲਈ ਤਿਆਰ ਹੈ। ਵਾਈਟ ਹਾਊ ਤਾਲਮੇਲ ਵਾਲੀ ਰਾਜਨੀਤਿਕ ਕੋਸ਼ਿਸ਼ਾਂ ਤੇ ਚਰਚਾ ਕੀਤੀ ਹੈ ਤੇ ਯੂਕਰੇਨ ਦੇ ਬਿਨਾਂ ਯੂਕਰੇਨ ਦੇ ਬਾਹਰ ਦੇ ਵਿੱਚ ਕੁਝ ਹੀ ਨਹੀਂ ਤੇ ਸਿਧਾਂਤ ਨੂੰ ਰੇਖਾਂਕਿਤ ਕੀਤਾ। ਬਿਆਨ ਦੇ ਅਨੁਸਾਰ ਫੋਨ ਤੇ ਗੱਲਬਾਤ ਦੇ ਦੌਰਾਨ ਬਾਈਡਨ ਨੇ ਨਾਰਮੈਂਡੀ ਰੂਪਾਂਤਰ ਦੇ ਵਿੱਚ ਸੰਘਰਸ਼ ਦੇ ਹਾਲ ਦੇ ਯਤਨਾਂ ਦੇ ਲਈ ਅਮਰੀਕਾ ਦਾ ਸਮਰਥਨ ਦਿੱਤਾ ਤੇ ਆਸ ਜਤਾਈ ਹੈ ਕਿ ਜੁਲਾਈ 2020 ਦੀਆਂ ਜੰਗਬੰਦੀ ਦੀਆਂ ਸ਼ਰਤਾਂ ਨੂੰ ਲੈ ਕੇ ਪੱਖਾਂ ਦੁਆਰਾ ਜਨਵਰੀ 26 ਨੂੰ ਜਤਾਈ ਵਚਨਬੱਧਤਾ ਦੇ ਨਾਲ ਤਣਾਅ ਨੂੰ ਘੱਟ ਕਰਨ ਅਤੇ ਮਿੰਸੰਕਟ ਸਮਝੌਤਿਆਂ ਨੂੰ ਲਾਗੂ ਕਰਨ ਨੂੰ ਅੱਗੇ ਵਧਾਉਣ ਦੇ ਵਿੱਚ ਮਦਦ ਮਿਲੇਗੀ। ਵਾਈਟ ਹਾਊਸ ਦੇ ਪ੍ਰੈਸ ਕਟਰ ਜੈਨ ਸਾਕੀ ਨੇ ਸਿਆ ਕਿ ਅਮਰੀਕਾ ਨੇ ਸਰਹੱਦ ਤੇ ਤਿਆਰੀ ਦੇਖਿਆ ਤੇ ਕਿਸੇ ਵੀ ਸਮੇਂ ਹਮਲਾ ਹੋ ਸਕਦਾ ਹੈ ਉਸ ਨੇ ਕਿਹਾ ਕਿ ਸਾਡਾ ਅਨੁਮਾਨ ਇਸ ਸਬੰਧੀ ਬਦਲਿਆ ਨਹੀਂ ਹੈ ਇਸ ਤੋਂ ਪਹਿਲਾਂ ਅਮਰੀਕਾ ਤੇ ਨਾਟੋ ਦੇ ਮਾਮਲੇ ਤੇ ਰੂਸ ਨੇ ਵਕਫਾ ਖ ਆਪਣੀ ਪ੍ਰਤੀਕਿਰਿਆ ਪੇਸ਼ ਕੀਤੀ ਵਿਦੇਸ਼ ਮੰਤਰਾਲੇ ਦੀ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਮੰਨਣਾ ਹੈ ਕਿ ਇਹ ਯੂਰੋ-ਅਟਲੈਂਟਿਕ ਖੇਤਰ ਦੇ ਵਿੱਚ ਸੁਰੱਖਿਆ ਸੁਧਾਰਾ ਦੇ ਲਈ ਇੱਕ ਅਸਲ ਮੌਕੇ ਪ੍ਰਦਾਨ ਕਰਦੀ ਹੈ ਤੇ ਬਸ਼ਰਤੇ ਰੂਸ ਸੰਘਰਸ਼ ਜਾਂ ਫਿਰ ਹਿੰਸਾ ਦੀ ਬਜਾਏ ਕੂਟਨੀਤੀ ਦਾ ਰਾਜ ਚੁਣੇ ਸਿਆਸੀ ਮਾਮਲਿਆਂ ਦੀ ਵਿਦੇਸ਼ ਮੰਤਰੀ ਵਿਕਟੋਰੀਆ ਨੂ ਲਾਂਡ ਨੇ ਪੱਤਰਕਾਰ ਸਮੇਲਨ ਦੇ ਵਿੱਚ ਕਿਹਾ ਕਿ ਅਸੀਂ ਅਤੇ ਸਾਡੇ ਨਾਟੋ ਸਹਿਯੋਗੀ ਅਤੇ ਸ ਵੇ ਸਮੇਤੋਂ ਉਹਨਾਂ ਮੁੱਦਿਆਂ ਨੂੰ ਲੈ ਕੇ ਚਿੰਤਤ ਨੇ ਜਿਨ੍ਹਾਂ ਨੂੰ ਰੂਸ ਨੇ ਚੁੱਕਿਆ ਹੋਇਆ ਹੈ ਉਹਨਾਂ ਨੇ ਕਿਹਾ ਸੀ ਲੰਬੇ ਸਮੇਂ ਤੋਂ ਗੰਭੀਰਤਾ ਦੇ ਨਾਲ ਗੱਲਬਾਤ ਕਰ ਰਹੇ ਹਾਂ ਜਿਸ ਦੇ ਵਿੱਚ ਮੱਧ ਵਰਤੀ ਅਤੇ ਘੱਟ ਦੂਰੀ ਦੇ ਪ੍ਰਮਾਣ ਹਥਿਆਰ ਸ਼ਾਮਲ ਨੇ ਜੋ ਕਿ ਸਾਡੇ ਸਹਿਯੋਗ ਦੇ ਖੇਤਰ ਨੂੰ ਨਿਸ਼ਾਨਾ ਬਣਾ ਸਕਦੇ ਨੇ ਵਧੇਰੇ ਪਾਰਦਰਸ਼ਤਾ ਅਤੇ ਜੋਖਮ ਕਟਗਰੀਆਂ ਦੇ ਉਪਾਅ ਅਤੇ ਫੌਜੀ ਅਧਿਐਨ ਦੇ ਲਈ ਸੜਕੀ ਅਪਡੇਟ ਤੇ ਪਾਰੰਸਪਰਿਕ ਨਿਯਮਾਂ ਦੀ ਲੋੜ ਹੈ ਉਧਰ ਪਿਛਲੇ ਹਫਤੇ ਅਮਰੀਕਾ ਕੈਨੇਡਾ ਸਰਹੱਦ ਨੇੜੇ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਣ ਦੇ ਦੋਸ਼ 'ਤੇ ਵਿੱਚ ਗ੍ਰਿਫਤਾਰ ਕੀਤੇ ਗਏ 7 ਭਾਰਤੀ ਨਾਗਰਿਕਾਂ ਨੂੰ ਬਾਰਡਰ ਪੈਟਰੋਲ ਨੇ ਰਿਹਾ ਕਰ ਦਿੱਤਾ ਅਤੇ ਉਹਨਾਂ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਵੀ ਜਾਰੀ ਹੈ ਇਹ ਜਾਣਕਾਰੀ ਇੱਕ ਬਿਆਨ ਦੇ ਵਿੱਚ ਦਿੱਤੀ ਗਈ ਹੈ ਬਿਆਨ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਪਿਛਲੇ ਹਫਤੇ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਸਾਰੇ 7 ਪ੍ਰਵਾਸੀਆਂ ਨੂੰ ਵਾਪਸ ਭੇਜੇ ਜਾਣ ਦੀ ਪ੍ਰਕਿਰਿਆ ਇਮੀਗ੍ਰੇਸ਼ਨ ਅਤੇ ਰਾਸ਼ਟਰੀਅਤਾ ਐਕਟ ਦੇ ਤਹਿਤ ਜਾਰੀ ਹੈ ਬਿਆਨ ਅਨੁਸਾਰ ਸਾਰੇ ਪ੍ਰਵਾਸੀਆਂ ਨੂੰ ਸਰਹੱਦੀ ਗਸ਼ਤੀ ਦਲ ਦੀ ਹਿਰਾਸਤ ਵਿੱਚੋਂ ਰਿਹਾ ਕਰ ਦਿੱਤਾ ਗਿਆ। ਸਤ ਭਾਰਤੀ ਨਾਗਰਿਕਾਂ ਨੂੰ ਪਿਛਲੇ ਹਫਤੇ ਅਮਰੀਕਾ ਕੈਨੇਡਾ ਸਰਹੱਦ ਨੇੜੇ ਅਮਰੀਕੀ ਅਧਿਕਾਰੀਆਂ ਨੇ ਫੜਿਆ ਸੀ। ਇਸ ਸਬੰਧ ਦੇ ਵਿੱਚ 47 ਸਾਲਾ ਸਟੀਵ ਸ਼ੈਡ ਤੇ ਮਨੁੱਖੀ ਤਸਕਰੀ ਦਾ ਦੋਸ਼ ਲਗਾਇਆ ਗਿਆ। ਉਹ 15 ਯਾਤਰੀਆਂ ਵਾਲੀ ਵੈਂਚ ਲਾ ਰਿਹਾ ਸੀ ਅਤੇ ਦੋ ਭਾਰਤੀ ਨਾਗਰਿਕਾਂ ਨੂੰ ਲੈ ਕੇ ਜਾ ਰਿਹਾ ਸੀ ਜੋ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਨੇ। ਸ਼ੈਡ ਨੂੰ 19 ਜਨਵਰੀ ਨੂੰ ਅਮਰੀਕਾ ਕੈਨੇਡਾ ਸਰਹੱਦ ਤੇ ਗ੍ਰਿਫਤਾਰ ਕੀਤਾ ਗਿਆ। ਪੰਜ ਭਾਰਤੀ ਨਾਗਰਿਕਾਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਇਸ ਸਮੇਂ ਦੇ ਵਿੱਚ ਕੈਨੇਡੀਅਨਸ ਹੱਦਪਾਰ ਕਰ ਗਏ ਨੇ ਕਿ ਕੋਈ ਉਹਨਾਂ ਨੂੰ ਆਪਣੇ ਨਾਂ ਲੈ ਜਾਵੇਗਾ ਉਧਰ ਸਾਫ ਕਾ ਉਪਰਾਸ਼ਟਰਪਤੀ ਹਾਮਿਦ ਅंसारी ਅਤੇ ਅਮਰੀਕਾ ਦੇ ਚਾਰ ਸੰਸਦ ਮੈਂਬਰਾਂ ਨੇ ਭਾਰਤ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਮੌਜੂਦਾ ਸਥਿਤੀ ਤੇ ਬੁੱਧਵਾਰ ਨੂੰ ਚਿੰਤਾ ਪ੍ਰਗਟਾਈ ਅंसारी ਅਤੇ ਕਈ ਅਮਰੀਕੀ ਸੰਸਦ ਮੈਂਬਰਾਂ ਨੇ ਇੰਡੀਅਨ ਅਮਰੀਕਨ ਮੁਸਲਿਮ ਕੌਂਸਲ ਦੇ ਵੱਲੋਂ ਡਿਜੀਟਲ ਤਰੀਕੇ ਦੇ ਨਾਲ ਆਯੋਜਿਤ ਪੈਨਲ ਚਰਚਾ ਨੂੰ ਸੰਬੋਧਨ ਵੀ ਕੀਤਾ ਭਾਰਤ ਹਾਲਾਂਕਿ ਦੇਸ਼ ਦੇ ਵਿੱਚ ਨਾਗਰਿਕ ਆਜ਼ਾਦੀ ਖਤਮ ਹੋਣ ਨੂੰ ਲੈ ਕੇ ਵਿਦੇਸ਼ੀ ਸਰਕਾਰਾਂ ਤੇ ਮਨੁੱਖੀ ਅਧਿਕਾਰ ਸੰਗਠਨਾਵਾਂ ਦੇ ਦੋਸ਼ਾਂ ਨੂੰ ਵੀ ਨਕਾਰਤਾ ਰਿਹਾ ਹੈ ਡੈਮੋਕਰੈਟਿਕ ਪਾਰਟੀ ਦੇ ਸੰਸਦ ਮੈਂਬਰ ਐਡ ਮਾਰਕ ਨੇ ਕਿਹਾ ਕਿ ਇਹ ਅਜੀਹਾ ਮਾਹੌਲ ਬਣਿਆ ਜਿੱਥੇ ਭੇਦਭਾਵ ਅਤੇ ਹਿੰਸਾ ਜੜ ਫੜ ਸਕਦੀ ਹੈ ਹਾਲ ਦੇ ਸਾਲਾਂ ਦੇ ਵਿੱਚ ਅਸੀਂ ਆਨਲਾਈਨ ਨਫ਼ਰਤ ਭਰੇ ਭਾਸ਼ਣਾਂ ਤੇ ਨਫ਼ਰਤੀ ਕੰਮਾਂ ਦੇ ਵਿੱਚ ਵਾਧਾ ਵੀ ਦੇਖਿਆ ਇਹਨਾਂ ਦੇ ਵਿੱਚ ਮਸਜਿਦਾਂ ਦੇ ਵਿੱਚ ਪੰਨ ਤੋੜ ਗਿਰਜਾ ਘਰਾਂ ਨੂੰ ਸਾੜਨਾ ਤੇ ਫਿਰਕੂ ਹਿੰਸਾ ਵੀ ਸ਼ਾਮਲ ਹੈ ਮਾਰਕੇ ਦਾ ਭਾਰਤ ਵਿਰੋਧੀ ਰੁਖ ਅਪਣਾਉਣ ਦਾ ਇਤਿਹਾਸ ਰਿਹਾ ਹੈ ਉਹਨਾਂ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਵਾਲੇ ਰਾਜ ਦੇ ਦੌਰਾਨ ਅਮਰੀਕਾ ਭਾਰਤ ਗੈਰ ਫੌਜੀ ਪ੍ਰਮਾਣੂ ਸਮਝੌਤੇ ਦਾ ਵੀ ਵਿਰੋਧ ਕੀਤਾ ਸੀ ਭਾਰਤ ਉਹ ਡਿਜੀਟਲ ਤਰੀਕੇ ਦੇ ਨਾਲ ਇਸ ਚਰਚਾ ਦੇ ਵਿੱਚ ਭਾਗ ਲੈਂਦਿਆ ਹੋਇਆ ਸਾਬਕਾ ਰਾਸ਼ਟਰਪਤੀ ਅंसारी ਨੇ ਵੀ ਹਿੰਦੂ ਰਾਸ਼ਟਰਵਾਦ ਦੀ ਵਾਦੀ ਪਰਵ੍ਰਿਤੀ ਤੇ ਆਪਣੀ ਚਿੰਤਾ ਪ੍ਰਗਟਾਈ ਅंसारी ਨੇ ਦੋਸ਼ ਲਗਾਇਆ ਕਿ ਹਾਲੀ ਦੇ ਸਾਲਾਂ ਦੇ ਵਿੱਚ ਅਸੀਂ ਉਹਨਾਂ ਪਰਵ੍ਰਤੀਆਂ ਤੇ ਪ੍ਰਥਾਵਾਂ ਦਾ ਵਧਣਾ ਮਹਿਸੂਸ ਕੀਤਾ ਜੋ ਕਿ ਨਾਗਰਿਕ ਰਾਸ਼ਟਰਵਾਦ ਦੇ ਸਥਾਪਿਤ ਸਿਧਾਂਤ ਸੰਬੰਧੀ ਵਿਵਾਦ ਖੜਾ ਕਰਦੀਆਂ ਨੇ ਅਤੇ ਸੰਸਕ੍ਰਿ ਅਰਵਾਦ ਇੱਕ ਨਵੀਂ ਅਤੇ ਕਲਪਨਿਕ ਪ੍ਰਵਿਰਤੀ ਨੂੰ ਬढ़ावा ਵੀ ਦਿੰਦੀਆਂ ਨੇ ਉਹ ਨਾਗਰਿਕਾਂ ਨੂੰ ਉਹਨਾਂ ਦੇ ਧਰਮ ਦੇ ਅਧਾਰ ਤੇ ਵੱਖ ਕਰਨਾ ਚਾਹੁੰਦੀ ਹੈ ਤੇ ਆ ਸ਼ਾਂਤੀ ਅਤੇ ਸੁਰੱਖਿਆ ਨੂੰ ਬਣਾਵਾ ਦਿੰਦੀਆਂ ਨੇ ਚਰਚਾ ਦੇ ਵਿੱਚ ਤਿੰਨ ਸੰਸਦ ਮੈਂਬਰ ਜिम ਮੈਕ ਗਵਰਨਰ ਐਂਡੀ ਲੈਵਨ ਅਤੇ ਜੈਮੀ ਰਸਕਿਨ ਨੇ ਵੀ ਹਿੱਸਾ ਲਿਆ ਰਸਕਿਨ ਨੇ ਕਿਹਾ ਕਿ ਭਾਰਤ ਦੇ ਵਿੱਚ ਧਾਰਮਿਕ ਤਾਨਾਸ਼ਾਹੀ ਅਤੇ ਭੇਦਭਾਵ ਦੇ ਮੁੱਦੇ ਤੇ ਬਹੁਤ ਸਾਰੀਆਂ ਸਮੱਸਿਆਵਾਂ ਹਨ ਇਸ ਦੇ ਲਈ ਅਸੀਂ ਇਹ ਯਕੀਨੀ ਕਰਨਾ ਚਾਹੁੰਦੇ ਹਾਂ ਕਿ ਭਾਰਤ ਹਰ ਕਿਸੇ ਦੇ ਲਈ ਧਾਰਮਿਕ ਆਜ਼ਾਦੀ ਬਹੁਵਾਦ ਅਤੇ ਅਸਹਿਮਤੀ ਦਾ ਸਨਮਾਨ ਕਰਨ ਦੇ ਰਾਤੇ ਬਨਿਆ ਰਹੇ ਲੇਵਿ ਨੇ ਕਿਹਾ ਕਿ ਅਫਸੋਸ ਦੀ ਗੱਲ ਇਹ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਪਤਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੇ ਧਾਰਮਿਕ ਰਾਸ਼ਟਰਵਾਦ ਨੂੰ ਉੱਭਰਦੇ ਦੇਖ ਰਿਹਾ ਹੈ 2014 ਦੇ ਬਾਅਦ ਤੋਂ ਭਾਰਤ ਲੋਕਤੰਤਰੀਕ ਸੂਚਕਾਂਕ ਦੇ ਵਿੱਚ 27 ਤੋਂ ਡਿੱਗ ਕੇ 53 ਤੇ ਆ ਗਿਆ ਅਤੇ ਫ੍ਰੀडम ਹਾਊਸ ਨੇ ਭਾਰਤ ਨੂੰ ਆਜ਼ਾਦ ਤੋਂ ਅੰਸ਼ਕ ਤੌਰ ਤੇ ਆਜ਼ਾਦ ਸ਼੍ਰੇਣੀ ਦੇ ਵਿੱਚ ਪਾ ਦਿੱਤਾ ਉਦਰ ਹਾਊਸ ਆਫ ਕਾਮਨਸ ਦੀ ਸਿਕਿਉਰਿਟੀ ਦੀ ਨਿਗਰਾਨੀ ਕਰਨ ਵਾਲੇ ਅਧਿਕਾਰੀਆਂ ਦੇ ਵੱਲੋਂ ਪਲਕ ਤੱਕ ਪਾਰਲੀਮੈਂਟ ਹਿੱਲ ਪਹੁੰਚ ਕੇ ਟਰੱਕਰਸ ਦੇ ਕਾਫਲੇ ਸਬੰਧੀ ਐਮਪੀਜ਼ ਨੂੰ ਚੇਤਾਵਨੀ ਜਾਰੀ ਕੀਤੀ ਪਾਰਲੀਮੈਂਟ ਮੈਂਬਰਸ ਨੂੰ ਭੇਜੀ ਗਈ ਇੱਕ ਈਮੇਲ ਦੇ ਵਿੱਚ ਸਰਜੈਂਟ ਐਂਡ ਆਰਮਜ਼ ਪੈਟ੍ਰਿਕ ਮੈਕਡੋਨਲਡ ਨੇ ਐਮਪੀਜ਼ ਨੂੰ آگਾਹ ਕਰਦਿਆਂ ਆਖਿਆ ਕਿ ਉਨ੍ਹਾਂ ਸਬੰਧੀ ਜਾਣਕਾਰੀ ਨੂੰ ਗਲਤ ਇਰਾਦੇ ਦੇ ਨਾਲ ਪ੍ਰਕਾਸ਼ਿਤ ਵੀ ਕਰਵਾਇਆ ਜਾ ਸਕਦਾ ਹੈ ਅਜਿਹਾ ਉਨ੍ਹਾਂ ਐਮਪੀਜ਼ ਦੇ ਨਾਲ ਹੋਣ ਦੀ ਸੰਭਾਵਨਾ ਵਧ ਰਹੀ ਹੈ ਜਿਹੜੇ ਕਿ ਆਟਵਾ ਗੈਟੀਨਿਊ ਰੀਜਨ ਵਿੱਚ ਰਹਿੰਦੇ ਨੇ ਜ਼ਿਕਰਯੋਗ ਹੈ ਕਿ ਵੈਕਸੀਨ ਨੂੰ ਲਾਜ਼ਮੀ ਕਰਨ ਦੇ ਖਿਲਾਫ ਪਾਰਲੀਮ قافلہ جس ਨੂੰ فریڈم کنوائے ਦਾ نام ਦਿੱਤਾ ਗਿਆ پہنچ ਰਿਹਾ ਇਸ قافلے ਦੇ ਵੱਲੋਂ آن لائن 6 ملین ڈالر ਦੇ ਫੰਡ ਕਿੱਥੇ ਕਿਤੇ ਗਏ ਨੇ ਇੱਕ قافلہ ਕਨੇਡੀਅਨ ਦੇ ਫੈਡਰਲ ਸਰਕਾਰ ਦੇ ਖਿਲਾਫ ਗੁੱਸੇ ਨੂੰ ਪ੍ਰਗਟਾਉਣ ਤੇ ਮਹਾਮਾਰੀ ਦੇ ਕਾਰਨ ਲਾਈਆਂ ਗਈਆਂ ਪਬਲਿਕ ਹੈਲਥ ਪਾਬੰਦੀਆਂ ਦੇ ਖਿਲਾਫ ਆਵਾਜ਼ ਉਠਾਉਣ ਦਾ ਸਾਧਨ ਬਣ ਗਿਆ ਪਾਵੇਨਾ ਟਰੱਕਰਸ ਦੇ ਵੱਲੋਂ ਇੱਥੇ ਸ਼ਨੀਵਾਰ ਨੂੰ ਰੋਸ ਮੁਜਾਰੇ ਕਿਤੇ ਜਾਂਦੀ ਸੰਭਾਵਨਾ ਪਰ ਇਸ ਕਾਫਲੇ ਦੇ ਵਿੱਚ ਹਿੱਸਾ ਲੈਣ ਵਾਲਿਆਂ ਦੇ ਸ਼ੁੱਕਰਵਾਰ ਨੂੰ ਹੀ ਇੱਥੇ ਪਹੁੰਚਣ ਦੀ ਉਮੀਦ ਹੈ ਇਸ ਦੌਰਾਨ ਕਨਜ਼ਰਵੇਟਿਵ ਆਗੂ ਐਰਨੋ ਟੂਲ ਨੇ ਆਖਿਆ ਕਿ ਉਹ ਇਸ ਕਾਫਲੇ ਤੇ ਇੱਥੇ ਪਹੁੰਚਣ ਉਪਰੰਤ ਟਰੱਕਰਜ਼ ਨਾਲ ਮੁਲਾਕਾਤ ਕਰਨਗੇ ਉਹਨਾਂ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਅਜਿਹਾ ਕਰਕੇ ਉਹ ਕੁਝ ਸਮਰਥਕਾਂ ਦੇ ਸੁਝਾਵਾਂ ਦੇ ਉੱਤੇ ਮੋਹਰ ਲਗਾ ਰਹੇ ਨੇ ਉਧਰੋਂ ਟਾਰੀਓ ਦੇ ਉੱਗੇ ਡਾਕਟਰ ਦੇਵੀ ਕਹਿਣਾ ਹੈ ਕਿ ਹੁਣ ਰੀਓਪਨਿੰਗ ਤੇ ਕੋਵਿਡ-19 ਦੇ ਨਾਲ ਲਜਿੱਠਣ ਦੇ ਲਈ ਸੰਤੁਲਿਤ ਪਹੁੰਚ ਅਪਣਾਉਣ ਦਾ ਸਮਾਂ ਆ ਗਿਆ ਡਾਕਟਰ ਕਿਰਨ ਮੂਰ ਨੇ ਆਖਿਆ ਕਿ ਸਾਨੂੰ ਇਸ ਵਾਇਰਸ ਨਾਲ ਰਹਿਣਾ ਸਿੱਖਣਾ ਹੋਵੇਗਾ ਸੋਮਵਾਰ ਤੋਂ ਲਾਗੂ ਹੋਣ ਜਾ ਰਹੇ ਨਵੇਂ ਪਬਲਿਕ ਹੈਲਥ ਮਾਬ ਡੰਡਾ ਦਾ ਐਲਾਨ ਕਰਦੇ ਹੋਏ ਆ ਮੂਰ ਨੇ ਆਖਿਆ ਕਿ ਸਾਨੂੰ ਇਹ ਸਮਝਣਾ ਹੋਵੇਗਾ ਕਿ ਅਸੀਂ ਐਮਿਕਰੋਨ ਵਰਗੇ ਖਤਰੇ ਨੂੰ ਜੜ ਤੋਂ ਖਤਮ ਨਹੀਂ ਕਰ ਸਕਦੇ ਪਿਛਲੇ 2 ਸਾਲਾਂ ਤੋਂ ਸਾਡੀਆਂ ਜ਼ਿੰਦਗੀਆਂ ਡਰ ਦੇ ਸائے ਦੇ ਵਿੱਚ ਨਿਕਲ ਰਹੀਆਂ ਨੇ ਤੇ ਵਾਇਰਸ ਸਾਨੂੰ ਨਿਯੰਤਰਣ ਕਰ ਰਿਹਾ ਹੈ ਇਸ ਲਈ ਸਾਨੂੰ ਆਪਣੀ ਸੋਚ ਹੀ ਬਦਲਣੀ ਪਵੇਗੀ پابੰਦੀਆਂ ਦੇ ਵਿੱਚ ਦਾ ਦਿੱਤੀ ਜਾ ਰਹੀ ਢਿੱਲ ਤਹਿਤ ਅਨਟਾਰੀਓ ਵਾਸੀਆਂ ਨੂੰ ਹੁਣ ਕਾਨੂੰਨੀ ਤੌਰ ਤੇ ਉਤੇ ਘਰ ਤੋਂ ਕੰਮ ਕਰਨ ਦੀ ਲੋੜ ਨਹੀਂ ਹੋਵੇਗੀ ਅਤੇ ਬਿਜ਼ਨਸ ਨੂੰ ਵੀ ਹੁਣ ਕੰਟਰੈਕਟ ਟ੍ਰੇਸ ਮਕਸਦ ਨਾਲ ਆਪਣੇ ਕਸਟਮਰਸ ਦਾ ਰਿਕਾਰਡ ਨਹੀਂ ਰੱਖਣਾ ਹੋਵੇਗਾ 인ਡੋਰ ਸੋਸ਼ਲ ਗੈਦਰਿੰਗਸ ਦੀ ਹੱਦ 5 ਤੋਂ 10 ਕੀਤੀ ਜਾ ਰਹੀ ਹੈ ਜਦਕਿ ਆਊਟਡੋਰ ਗੈਦਰਿੰਗਸ ਦੀ ਹੱਦ 50% ਦੀ ਹੈ 50% ਦੀ ਸਮਰੱਥਾ ਦੇ ਨਾਲ ਰੈਸਟੋਰੈਂਟਸ ਆਪਣੇ ਡਾਈਨਿੰਗ ਰੂਮ ਖੋਲ ਸਕਣਗੇ ਖੇਡਾਂ ਸੰਬੰਧੀ ਇਨਡੋਰ ਇਵੈਂਟਸ ਕੰਸਰਟ ਵੈਨਿਊਜ਼ థিয়েਟਰਸ ਅਤੇ ਸਿਨੇਮਾਸ ਦੇ ਨਾਲ ਨਾਲ ਜਹੀਆਂ ਹੋਰ ਨਾ ਥਾਵਾਂ ਦੇ ਲਈ ਫੂਡ ਤੇ ਡਰਿੰਕ ਸਰਵਿਸ ਦੀ ਇਜਾਜ਼ਤ ਹੋਵੇਗੀ ਜਦੋਂ ਲੋਕ ਇਹਨਾਂ ਥਾਵਾਂ 'ਤੇ ਖਾਣਾ ਨਹੀਂ ਖਾ ਰਹੇ ਹੋਣਗੇ ਜਾਂ ਫਿਰ ਕੁਝ ਪੀ ਨਹੀਂ ਰਹੇ ਹੋਣਗੇ ਤਾਂ ਉਹਨਾਂ ਨੂੰ ਮਾਸਕ ਲਗਾ ਕੇ ਰੱਖਣੇ ਹੋਣਗੇ ਮੂਰ ਨੇ ਅਜਿਹਾ ਕਿਹਾ ਕਿ ਅਸੀਂ ਅਜਿਹਾ ਕਰਕੇ ਰਿਕਸ ਘਟਾ ਰਹੇ ਹਾਂ ਅਤੇ ਅਸੀਂ ਇਸ ਨੂੰ ਮੁਕੰਮਲ ਤੌਰ ਦੇ ਉੱਤੇ ਖਤਮ ਨਹੀਂ ਕਰ ਸਕਦੇ ਪ੍ਰੋਵਿੰਸ ਦੇ ਵੱਲੋਂ ਘਰ ਤੋਂ ਕੰਮ ਕਰਨ ਦੀ ਕਾਨੂੰਨੀ ਲੋਡ ਨੂੰ ਵੀ ਖਤਮ ਕੀਤਾ ਜਾ ਰਿਹਾ ਬਸ਼ਰਤੇ ਅਜਿਹਾ ਕਰਨ ਦੀ ਬਹੁਤ ਜ਼ਿਆਦਾ ਲੋਡ ਹੋਵੇ ਮੂਰ ਨੇ ਆਖਿਆ ਕਿ ਜਿਹੜੇ ਘਰ ਤੋਂ ਕੰਮ ਕਰ ਸਕਦੇ ਨੇ ਉਹ ਅਜਿਹਾ ਕਰਨਾ ਜਾਰੀ ਰੱਖ ਸਕਦੇ ਨੇ ਤਾਂ ਕਿ ਉਹਨਾਂ ਹੋਰਨਾਂ ਲੋਕਾਂ ਦੇ ਸੰਪਰਕ ਦੇ ਵਿੱਚ ਘੱਟ ਤੋਂ ਘੱਟ ਆਉਣ ਮੂਰ ਨੇ ਆਖਿਆ ਕਿ ਵੈਕਸੀਨ ਸੁਰੱਖਿਆਦ ਅਤੇ ਪ੍ਰਭਾਵਸ਼ਾਲੀ ਸਿੱਧ ਹੋ ਰਹੀਆਂ ਨੇ ਅਤੇ ਬੂਸਟਰ ਡੋਜ਼ਾ ਦੇ ਨਾਲ ਅਸੀਂ 88 ਤੋਂ 95% ਤੱਕ ਕੋਵਿਡ-19 ਤੋਂ ਪ੍ਰੋਟੈਕਸ਼ਨ ਹਾਸਲ ਕਰ ਚੁੱਕੇ ਹਾਂ ਇਸ ਦੇ ਨਾਲ ਹੀ ਹੁਣ ਸਾਡੇ ਕੋਲ ਗੋਲੀ ਦੇ ਰੂਪ ਦੇ ਵਿੱਚ ਮੂੰਹ ਰਾਹੀਂ ਲਿਆ ਜਾਣ ਵਾਲਾ ਐਂਟੀਵਾਇਰਲ ਇਲਾਜ ਵੀ ਹੈ ਸਾਨੂੰ ਆਸ ਹੈ ਕਿ ਮਈ ਤੱਕ ਸਾਨੂੰ ਮਾਸਕ ਤੇ ਫਿਜ਼ੀਕਲ ਡਿਸਟੈਂਸਿੰਗ ਵਰਗੇ ਨਿਯਮਾਂ ਦੀ ਵੀ ਲੋੜ ਨਹੀਂ ਹੋਵੇਗੀ ਉਧਰ ਦੇਸ਼ ਦੇ ਵਿੱਚ ਕਰੋਨਾ ਵਾਇਰਸ ਦੇ ਮਾਮਲਿਆਂ ਦੇ ਵਿੱਚ ਉਤਾਰ ਚੜਾਵ ਚੱ ਰਹੀ ਹੈ ਇਸ ਦਰਮਿਆਨ ਸਕੂਲ ਖੋਲੇ ਜਾਣ ਨੂੰ ਲੈ ਕੇ ਵੱਡੀ ਖਬਰ ਹੈ ਕੇਂਦਰ ਸਰਕਾਰ ਜਲਦੀ ਹੀ ਦੇਸ਼ ਭਰ ਦੇ ਵਿੱਚ ਸਕੂਲ ਖੋਲੇ ਜਾਣ ਦੀ ਇੱਕ ਐਡਵਾਈਜ਼ਰੀ ਜਾਰੀ ਕਰ ਸਕਦੀ ਹੈ ਕੇਂਦਰੀ ਸਿਹਤ ਮੰਤਰੀ ਮਨਸੂਖ ਮੰਡਾਲਵੀਆ ਨੇ ਨੈਸ਼ਨਲ ਐਕਸਪਰਟ ਗਰੁੱਪ ਦੇ ਵਿੱਚ ਇਸ ਬਾਰੇ ਵਿਚਾਰ ਕਰਨ ਨੂੰ ਕਿਹਾ ਕਰੋਨਾ ਵਾਇਰਸ ਦੀ ਤੀਜੀ ਲਹਿਰ ਦੇ ਦਰਮਿਆਨ ਇਸ ਸਮੇਂ ਦੇਸ਼ ਦੇ ਵਿੱਚ ਤੇਜ਼ੀ ਦੇ ਨਾਲ 15 ਤੋਂ 18 ਸਾਲ ਤੱਕ ਦੇ ਬੱਚਿਆਂ ਨੂੰ ਟੀਕਾ ਕਰਨ ਮੁਹਿੰਮ ਚੱਲ ਰਹੀ ਹੈ ਕਰੋਨਾ ਵਾਇਰਸ ਦੇ ਵਾਧੇ ਮਾਮਲੇ ਨੂੰ ਦੇਖਦਿਆਂ ਹੋਇਆਂ ਦੇਸ਼ ਦੇ ਕਈ ਸੂਬਿਆਂ ਦੇ ਵਿੱਚ ਸਕੂਲ ਕਾਲਜ ਬੰਦ ਕਰ ਦਿੱਤੇ ਗਏ ਨੇ ਕਰੋਨਾ ਵਾਇਰਸ ਨੇ ਹਾਲਾਂਕਿ ਹਰ ਉਮਰ ਦੇ ਬੱਚਿਆਂ ਨੂੰ ਸੰਕਰਮਿਤ ਕੀਤਾ ਪਰ ਬੱਚਿਆਂ ਵਿੱਚ ਸੰਕਰਮਣ ਦੇ ਗੰਭੀਰ ਮਾਮਲੇ ਨਾ ਦੇਣ ਦੇ ਬਰਾਬਰ ਨੇ ਮਾਹਿਰਾਂ ਦਾ ਮੰਨਣਾ ਹੈ ਕਿ ਸਕੂਲ ਖੋਲੇ ਜਾਣ ਦੇ ਲਈ ਇਹ ਸਹੀ ਸਮਾਂ ਹੈ ਕੇਂਦਰ ਸਰਕਾਰ ਚਾਹੁੰਦੀ ਇਹ ਹੈ ਕਿ ਸਖਤ ਕਰੋਨਾ ਵਾਇਰਸ ਨਿਯਮਾਂ ਦੇ ਨਾਲ ਸਕੂਲ ਫਿਰ ਤੋਂ ਖੋਲੇ ਜਾਣ ਹਾਲਾਂਕਿ ਸਕੂਲ ਖੋਲੇ ਜਾਣ ਦੇ ਸੰਬੰਧ ਦੇ ਵਿੱਚ ਆਖਰੀ ਫੈਸਲਾ ਸੂਬਾ ਸਰਕਾਰਾਂ ਤੋਂ ਉੱਪਰ ਹੋਵੇਗਾ ਗੌਰਤਲ ਹੈ ਕਿ ਦੇਸ਼ ਦੇ ਵਿੱਚ 15 ਤੋਂ 18 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੇ ਲਈ 3 ਜਨਵਰੀ ਤੋਂ ਟੀਕਾਕਰਨ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਸੀ ਕੇਂਦਰੀ ਸਿਹਤ ਮੰਤਰੀ ਮਨਸੂਖ ਮੰਡਾਵੀਆ ਨੇ ਦੱਸਿਆ ਕਿ ਹੁਣ ਤੱਕ ਦੇਸ਼ ਦੀ 95% ਯੋਗ ਆਬਾਦੀ ਨੂੰ ਕਰੋਨਾ ਵਾਇਰਸ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਜਾ ਚੁੱਕੀ ਹੈ ਸ਼ੁਕਰਵਾਰ ਨੂੰ ਕਰੋਨਾ ਵਾਇਰਸ ਦੇ ਮਾਮਲਿਆਂ ਦੇ ਵਿੱਚ ਵਿਗਰਾਵੜ ਦਰਜ ਕੀਤੀ ਗਈ ਹੈ ਦੇਸ਼ ਦੇ ਵਿੱਚ 251209 ਨਵੇਂ ਮਰੀ ਸਾਹਮਣੇ ਆਏ ਨੇ ਇਸ ਤੋਂ ਇਲਾਵਾ ਇੱਕ ਦਿਨ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਸੰਕਰਮਿਤ 1347443 ਮਰੀਜ਼ ਠੀਕ ਹੋ ਚੁੱਕੇ ਨੇ ਉਧਰ ਭਾਰਤ ਦੇ ਵਿੱਚ ਇੱਕ ਦਿਨ ਦੇ ਵਿੱਚ ਕਰੋਨਾ ਦੇ 252209 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਦੇ ਵਿੱਚ ਮ੍ਰਿਤਕਾਂ ਦੀ ਗਿਣਤੀ ਵਧ ਕੇ 4 ਕਰੋੜ 622709 ਹੋ ਚੁੱਕੀ ਹੈ। ਕੇਂਦਰੀ ਸਿਹਤ ਮੰtrasਾਲੇ ਦੇ ਵੱਲੋਂ ਸ਼ੁੱਕਰਵਾਰ ਸਵੇਰੇ ਜਾਰੀ ਅੰਕੜੇ ਦੇ ਅਨੁਸਾਰ ਦੇਸ਼ ਦੇ ਵਿੱਚ 627 ਹੋਰ ਲੋਕਾਂ ਦੀ ਸੰਕਰਮਣ ਦੇ ਨਾਲ ਮੌਤ ਹੋਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵਧ ਕੇ 492327 ਹੋ ਚੁੱਕੀ ਹੈ। ਦੇਸ਼ ਦੇ ਵਿੱਚ ਹਾਲੇ 215611 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਪਿਛਲੇ 24 ਘੰਟਿਆਂ ਦੇ ਵਿੱਚ ਕਰੋਨਾ ਦੇ ਇਲਾਜ ਦੇ ਦਿਨ ਮਰੀਜ਼ਾਂ ਦੀ ਗਿਣਤੀ 96806 ਦੀ ਕਮੀ ਦਰਜ ਕੀਤੀ ਗਈ। ਦੇਸ਼ ਦੇ ਵਿੱਚ ਮਰੀਜ਼ਾਂ ਦੇ ਠੀਕ ਹੋਣ ਦੀ ਰਾਸ਼ਟਰੀ ਦਰ 93.60% ਹੈ। ਅੰਕੜਿਆਂ ਦੇ ਅਨੁਸਾਰ ਸੰਕਰਮਣ ਦੀ ਰੋਜ਼ਾਨਾ ਦਰ 15.88% ਤੇ ਹਫ਼ਤਾਵਾਰ ਦਰ 17.47% ਦੇ ਦਰਜ ਕੀਤੀ ਜਾ ਰਹੀ ਹੈ। ਉੱਥੇ ਹੀ ਜੇਕਰ ਰਾਸ਼ਟਰੀ ਵਿਆਪੀ ਟੀਕਾਕਰਨ ਮੁਹਿੰਮ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ 164.44 ਕਰੋੜ ਤੋਂ ਵੀ ਵੱਧ ਕਰੋਨਾ ਟੀਕੇ ਲਗਾਏ ਗਏ ਨੇ। ਉਦਰ ਪਾਰ ਦੇ ਵਿੱਚ ਕਰੋਨਾ ਵਾਇਰਸ ਮਹਾਮਾਰੀ ਦਾ ਖਤਰਾ ਲਗਾਤਾਰ ਬਣਿਆ ਹੋਇਆ ਹੈ ਘਟਣ ਦਾ ਨਾਂ ਨਹੀਂ ਲੈ ਰਿਹਾ ਇਸ ਦਰਮਿਆਨ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਦੇ ਕਰੋਨਾ ਇਨਫੈਕਟਡ ਹੋਣ ਦੀ ਖਬਰ ਸਾਹਮਣੇ ਆਈ ਉਹਨਾਂ ਨੇ ਖੁਦ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਕਰੋਨਾ ਇਨਫੈਕਟਡ ਹੋਣ ਤੋਂ ਬਾਅਦ ਸਾਰੀਆਂ ਸਾਵਧਾਨੀਆਂ ਮੈਂ ਵਰਤ ਰਿਹਾ ਨਾਲ ਹੀ ਉਹਨਾਂ ਲੋਕਾਂ ਨੂੰ ਕਰੋਨਾ ਜਾਂਚ ਦੇ ਵੀ ਅਪੀਲ ਕੀਤੀ ਜਾ ਰਹੀ ਹੈ ਜੋ ਹਾਲੀ ਦੇ ਵਿੱਚ ਉਹਨਾਂ ਦੇ ਸੰਪਰਕ ਵਿੱਚ ਆਏ ਸਨ ਵੀਰਵਾ ਨੂੰ ਦੇਸ਼ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ 286384 ਨਵੇਂ ਕੋਵਿਡ ਮਾਮਲੇ ਅਤੇ 573 ਮੌਤਾ ਦਰਜ ਹੋਈਆਂ ਸਿਹਤ ਮੰਤਰਾਲੇ ਦੇ ਮੁਤਾਬਕ ਦੇਸ਼ ਦੇ ਵਿੱਚ ਇਨਫੈਕਸ਼ਨ ਦਰ 17.75% ਦੀ ਹੈ ਇਹ ਦਰ ਪਿਛਲੇ ਇੱਕ ਹਫਤੇ ਤੋਂ ਬਰਕਰਾਰ ਹੈ ਮੰਤਰਾਲੇ ਦੇ ਅਧਿਕਾਰੀਆਂ ਨੇ ਵੀ ਕਿਹਾ ਕਿ ਮਹਾਰਾਸ਼ਟਰ ਉੱਤਰ ਪ੍ਰਦੇਸ਼ ਦਿੱਲੀ 오ਡੀਸਾ ਹਰਿਆਣਾ ਅਤੇ ਪੱਛਮੀ ਬੰਗਾਲ ਦੇ ਵਿੱਚ ਰੋਜ਼ਾਨਾ ਮਾਮਲਿਆਂ ਦੇ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਉਧਰ 28 ਤੋਂ 30 ਜਨਵਰੀ ਤੱਕ ਪੰਜਾਬ ਦੌਰੇ ਤੇ ਆਏ ਆਮ ਆਦਮੀ ਪਾਰਟੀ ਦੇ ਕੌਮਿਕਨ ਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਇੱਕ ਵਾਰ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਨਿਸ਼ਾਨਾ ਵਿਨਿਆ ਗਿਆ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਨਵਜੋਤ ਸਿੱਧੂ ਆਪਣੇ ਹਲਕੇ ਦੇ ਵਿੱਚ ਕਦੇ ਵੀ ਨਹੀਂ ਜਾਂਦੇ ਅਤੇ ਨਾ ਹੀ ਕਿਸੇ ਦਾ ਫੋਨ ਚੁੱਕਦੇ ਨੇ। ਨਵਜੋਤ ਸਿੱਧੂ ਕਿਸੇ ਵਿਅਕਤੀ ਦੇ ਸੁਖਦੁਖ ਦਾ ਵਿੱਚ ਕੰਮ ਨਹੀਂ ਆਉਂਦੇ। 5 ਸਾਲਾਂ ਦੇ ਵਿੱਚ ਸਿੱਧੂ ਨੇ ਆਪਣੇ ਹਲਕੇ ਦਾ ਕੋਈ ਵੀ ਕੰਮ ਨਹੀਂ ਕਰਵਾਇਆ। ਮਜੀਠੀਆ ਦੇ ਨਵਜੋਤ ਦੇ ਚੋਣ ਲੜਨ ਤੇ ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੇ ਇਹਨਾਂ ਦੋਨਾਂ ਨੂੰ ਪਰਖ ਕੇ ਕਰ ਰਹੇ ਨੇ ਇਹਨਾਂ ਦੇ ਹਲਕੇ ਦੇ ਵਿੱਚ ਖੜਾ ਆਪ ਆदमी ਪਾਰਟੀ ਦਾ ਉਮੀਦਵਾਰ ਜੋ ਲੋਕਾਂ ਦੇ ਸਾਰੇ ਕੰਮ ਕਰਵਾਏਗਾ ਰਾਹੁਲ ਗਾਂਧੀ ਦੇ ਪੰਜਾਬ ਆਉਣ ਤੇ ਕੇਜਰੀਵਾਲ ਨੇ ਕਿਹਾ ਕਿ ਉਹਨਾਂ ਨੇ ਪੰਜਾਬ ਆਉਣ ਦੇ ਵਿੱਚ ਦੇਰੀ ਕਰ ਦਿੱਤੀ ਹੈ ਵਾਅਦੇ ਪੂਰੇ ਨਾ ਕਰਨ ਕਰਕੇ ਉਹ ਲੋਕਾਂ ਨੂੰ ਆਪਣਾ ਮੂੰਹ ਵਿਖਾਉਣ ਦੇ ਕਾਬਲ ਨਹੀਂ ਹਨ ਕੇਜਰੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਅਤੇ ਨਵਜੋਤ ਸਿੱਧੂ ਉਸ ਨੂੰ ਹਰ ਸਮੇਂ ਗਾਲਾਂ ਕੱਢਦੇ ਰਹਿੰਦੇ ਨੇ ਤੇ ਨਾਲੇ ਸੁਖਬੀਰ ਬਾਦਲ ਵੀ ਮੈਨੂੰ ਗਾਲਾਂ ਕੱਢਦਾ ਰਹਿੰਦਾ ਕੇਜਰੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਕਦੇ ਵੀ ਸੁਖਬੀਰ ਬਾਦਲ ਤੇ ਕੁਝ ਨਹੀਂ ਬੋਲੇ ਅਤੇ ਨਾ ਹੀ ਸੁਖਬੀਰ ਬਾਦਲ ਚੰਨੀ ਨੂੰ ਕੁਝ ਬੋਲਦੇ ਨੇ ਉਹਨਾਂ ਨੇ ਕਿਹਾ ਕਿ ਇਹ ਸਾਰੇ ਆਪਸ ਵਿੱਚ ਜਿ ਮਿਲੇ ਹੋਏ ਨੇ ਚੋਣਾ ਨੂੰ ਲੈ ਕੇ ਕੇਜਰੀਵਾਲ ਨੇ ਕਿਹਾ ਕਿ ਬਹੁਤ ਸਾਰੇ ਲੋਕ ਪੰਜਾਬ ਦੇ ਅੰਦਰ ਬਦਲਾਵ ਲਿਆਉਣਾ ਚਾਹੁੰਦੇ ਨੇ ਪੰਜਾਬ ਦੇ ਲੋਕ ਕਾਂਗਰਸ ਅਤੇ ਕਾਲੀ ਦਲ ਦੀ ਸਰਕਾਰ ਤੋਂ ਤੰਗ ਆ ਚੁੱਕੇ ਨੇ ਇਹਨਾਂ ਦੋਵਾਂ ਪਾਰਟੀਆਂ ਨੇ ਪੰਜਾਬ ਨੂੰ ਲੁੱਟਣ ਦਾ ਕੰਮ ਕੀਤਾ ਹੈ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਉਮੀਦਾਂ ਨੇ ਉਧਰ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਪੰਜਾਬ ਦੌਰੇ ਦੇ ਦਰਮਿਆਨ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਜ਼ਰੂਰ ਹੋਏ ਪਰ ਇਸ ਦੌਰਾਨ ਪਾਰਟੀ ਦੇ ਸੀਨੀਅਰ ਆਗੂਆਂ ਜਿਨ੍ਹਾਂ ਦੇ ਵਿੱਚ ਕਈ ਸੰਸਦ ਮੈਂਬਰ ਸ਼ਾਮਲ ਸਨ ਉਹਨਾਂ ਦਾ ਮੌਜੂਦ ਨਾ ਹੋਣਾ ਪੰਜਾਬ ਕਾਂਗਰਸ ਦੇ ਵਿੱਚ ਵੱਡੀ ਫੁੱਟ ਨੂੰ ਜ਼ਾਹਰ ਕਰਦਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਬਸਪਾ ਦੇ ਪ੍ਰਧਾਨ ਜਸਬੀਰ ਸਿੰਘ ਗੜੀ ਦੇ ਵੱਲੋਂ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੋਵੇਂ ਹੀ ਖੁਦ ਨੂੰ ਮੁੱਖ ਮੰਤਰੀ ਦਾ ਅਚਾਰਾ ਐਲਾਨਨ ਦੀ ਕੋਸ਼ਿਸ਼ਾਂ ਕਰਦੇ ਨਜ਼ਰ ਆਏ। ਜਸਬੀਰ ਸਿੰਘ ਗੜੀ ਨੇ ਕਿਹਾ ਕਿ ਜੋ ਕਾਂਗਰਸ ਪਾਰਟੀ ਖੁਦ ਇਕਜੁੱਟ ਨਹੀਂ ਉਹ ਪੰਜਾਬ ਨੂੰ ਕਿਸ ਤਰ੍ਹਾਂ ਇਕਜੁੱਟ ਕਰ ਸਕੇਗੀ। ਬਸਪਾ ਪ੍ਰਧਾਨ ਨੇ ਕਿਹਾ ਕਿ ਸੂਬੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ, ਬਸਪਾ ਇਕੱਠ ਜੋੜ ਦੀ 88 ਪਾਰਟੀਆਂ ਸਿਰਫ ਆਪਣੀ ਆਪਸੀ ਫੁੱਟ ਦੇ ਵਿੱਚ ਹੀ ਉਲਝੀਆਂ ਹੋਈਆਂ ਨੇ ਉਧਰ ਰਾਸ਼ਟ੍ਰਪੀਤਾ ਮਹਾਤਮਾ ਗਾਂਧੀ ਦੇਖਿਲਾ ਵਿਵਾਦਿਤ ਟਿੱਪਣੀ ਕਰਨ ਵਾਲੇ ਕਾਲੀਚੌਰ ਮਹਾਰਾਜ ਨੂੰ ਥਾਣੇ ਦੀ ਇੱਕ ਅਦਾਲਤ ਨੇ ਵੀਰਵਾਰ ਨੂੰ ਜ਼ਮਾਨਤ ਦੇ ਦਿੱਤੀ ਜੁਡੀਸ਼ੀਅਲ ਮੈਜਿਸਟਰੇਟ ਪਹਿਲੀ ਸ਼੍ਰੇਣੀ ਐਸ ਵੀ ਮੈਟਲ ਪਾਟਲ ਨੇ 15000 ਰੁਪਏ ਦੀ ਨਗਦ ਜ਼ਮਾਨਤ ਤੇ ਕਾਲੀਚਰਨ ਮਹਾਰਾਜ ਦੀ ਰਿਹਾਈ ਦਾ ਹੁਕਮ ਦਿੱਤਾ ਕਾਲੀਚਰਨ ਨੂੰ ਧਰਮ ਸੰਸਦ ਦੇ ਵਿੱਚ ਵਿਵਾਦਿਤ ਭਾਸ਼ਣ ਦੇਣ ਦੇ ਮਾਮਲੇ ਦੇ ਵਿੱਚ ਪਿਛਲੇ ਹਫਤੇ ਥਾਣੇ ਪੁਲਿਸ ਨੇ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਤੋਂ ਗ੍ਰਿਫਤਾਰ ਕੀਤਾ ਸੀ ਇਸ ਤੋਂ ਬਾਅਦ ਕਾਲੀਚਰਨ ਮਹਾਰਾਜ ਨੂੰ 14 ਦਿਨਾਂ ਦੇ ਲਈ ਅਦਾਲਤ ਨੇ ਨਿਆਂ ਖਰਾਸਤ ਦੇ ਵਿੱਚ ਭੇਜ ਦਿੱਤਾ ਜਿਸ ਤੋਂ ਬਾਅਦ ਉਸਨੇ ਜ਼ਮਾਨਤ ਦੇ ਲਈ ਅਰਜ਼ੀ ਦਿੱਤੀ ਹੈ ਅਦਾਲਤ ਨੇ ਕਾਲੀਚਰਨ ਨੂੰ ਕਿਹਾ ਹੈ ਕਿ ਉਹ ਪੁਲਿਸ ਨੂੰ ਜਾਂਚ ਦੇ ਵਿੱਚ ਸਹਿਯੋਗ ਕਰੇ ਤੇ ਪੁਲਿਸ ਨੂੰ ਆਪਣਾ ਰਿਹਾਈਸ਼ੀ ਬਤਾ ਤੇ ਸੰਪਰਕ ਵੇਰਵਾ ਦੇਵੇ ਤਾਂ ਜੋ ਉਸਦੇ ਨਾਲ ਗੱਲਬਾਤ மாஜ ਉਧਰ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਜਲੰਧਰ ਦੇ ਵਿੱਚ ਵਰਚੁਅਲ ਰੈਲੀ ਨੂੰ ਸੰਬੋਧਨ ਕਰਦਿਆ ਕਾਂਗਰਸ ਦੇ ਮੁੱਖ ਮੰਤਰੀ ਚੇਰਨ ਨੂੰ ਲੈ ਕੇ ਅਹਿਮ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਉਸ ਦੇ ਕਾਰਕੁਨ ਤੇ ਪੰਜਾਬ ਚਾਹੁੰਦਾ ਹੈ ਤਾਂ ਫਿਰ ਉਹ ਮੁੱਖ ਮੰਤਰੀ ਦਾ ਫੈਸਲਾ ਤੁਹਾਡੇ ਲਈ ਲੈਣਗੇ ਉਹਨਾਂ ਨੇ ਕਿਹਾ ਕਿ ਉਹ ਆਪਣੇ ਕਾਰਕੁਨਾਂ ਤੋਂ ਪੁੱਛ ਕੇ ਮੁੱਖ ਮੰਤਰੀ ਦੇ ਬਾਰੇ ਫੈਸਲਾ ਕਰਨਗੇ ਰਾਹੁਲ ਨੇ ਕਿਹਾ ਕਿ ਜੋ ਸਹੀ ਵਿਅਕਤੀ ਹੋਵੇਗਾ ਉਹ ਪੰਜਾਬ ਨੂੰ ਅੱਗੇ ਲੈ ਜਾਏਗਾ ਤੇ ਬਾਕੀ ਸਾਰੇ ਵਿਅਕਤੀ ਮਿਲ ਕੇ ਇੱਕ ਟੀਮ ਵਾਂਗ ਲੜਾਈ ਲੜਨਗੇ ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਤੋਂ ਪਹਿਲਾਂ ਵਰਚੁਅਲ ਰੈਲੀ ਨੂੰ ਸੰਬੋਧਨ ਕਰਦਿਆ ਮੁੱਖ ਮੰਤਰੀ ਚੈਰੇ ਦਾ ਐਲਾਨ ਕਰਨ ਚੰਨੀ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਮੁੱਖ ਮੰਤਰੀ ਚੈਰੇ ਨੂੰ ਲੈ ਕੇ ਕੀਤਾ ਗਿਆ ਹਰ ਫੈਸਲਾ ਮਨਜ਼ੂਰ ਹੋਵੇਗਾ ਉਹਨਾਂ ਨੇ ਕਿਹਾ ਕਿ ਕਾਂਗਰਸ ਸਿਰਫ ਸਿਆਸੀ ਪਾਰਟੀ ਨਹੀਂ ਸਗੋ ਵਿਚਾਰਤਾਰਾ ਹੈ ਜਿਸ ਨੇ ਅੰਗਰੇਜ਼ਾਂ ਨੂੰ ਹਰਾ ਕੇ ਇੱਕ ਦੇਸ਼ ਬਣਾਇਆ ਜੇਕਰ ਯੋਗ ਹੈ ਕਿ ਅੱਜ ਰਾਹੁਲ ਗਾਂਧੀ ਜਲੰਧਰ ਪਹੁੰਚਣ ਤੋਂ ਪਹਿਲਾਂ ਅੰਮ੍ਰਿਤਸਰ ਵਿਖੇ ਕਾਂਗਰਸੀ ਵਿਧਾਇਕਾ ਤੇ ਮੁੱਖ ਮੰਤਰੀ ਚੰਜੀਤ ਸਿੰਘ ਚੰਨੀ ਨਵਜੋਤ ਸਿੰਘ ਸਿੱਦੂ ਸੇ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪੁੱਜੇ ਸਨ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਵੀ ਸ਼੍ਰੀ ਦੁਰਗਾਣਾ ਮੰਦਿਰ ਦੇ ਵਿੱਚ ਵੀ ਮੱਥਾ ਟੇਕਿਆ ਗਿਆ ਤੇ ਭਗਵਾਨ ਵਾਲਮੀਕੀ ਜੀ ਦੇ ਤੀਰਥ ਸਥਾਨ ਤੇ ਕਾਂਗਰਸ ਇਸ ਸਮੁੱਚੀ ਲੀਡਰਸ਼ਿਪ ਵਿੱਚ ਮੌਜੂਦ ਸੀ ਉਧਰ ਕਰੋਨਾ ਵਾਇਰਸ ਦੇ ਕਾਰਨ ਭਾਜਪਾ ਚੌਣ ਸੂਬਿਆਂ ਦੇ ਵਿੱਚ ਚੋਣ ਪ੍ਰਚਾਰ ਦੀਆਂ ਪਾਬੰਦੀਆਂ ਦੇ ਦਰਮਿਆਨ ਵਰਕਰਾਂ ਨੂੰ ਲਾਮਬਦ ਕਰਨ ਤੇ ਜਨਤਾ ਦੇ ਦਰਮਿਆਨ ਪਹੁੰਚ ਵਧਾਉਣ ਦੇ ਲਈ ਨਵੇਂ-ਨਵੇਂ ਤਰੀਕੇ ਅਪਣਾ ਰਹੀ ਹੈ ਇਸ ਘੜੀ ਦੇ ਵਿੱਚ ਭਾਜਪਾ ਨੇ ਲੋਕਾਂ ਨੂੰ ਪਾਰਟੀ ਦੇ ਨਾਲ ਸਿੱਧੇ ਜੋੜਨ ਦੇ ਲਈ ਉਹਨਾਂ ਦੇ ਕੋਲੋਂ ਪਾਰਟੀ ਦੇ ਲਈ ਮਾਈਕਰੋ ਡੋਨੇਸ਼ਨ ਲੈਣ ਦੀ ਯੋਜਨਾ ਬਣਾਈ ਹੈ ਜਿਸ ਤਰ੍ਹਾਂ ਹੀ ਪਾਰਟੀ ਨੇ ਇੱਕ ਤੀਰ ਦੇ ਨਾਲ ਕਈ ਨਿਸ਼ਾਨੇ ਲਗਾਉਣ ਦੀ ਕੋਸ਼ਿਸ਼ ਕੀਤੀ ਇਸ ਲਈ ਪਾਰਟੀ ਵਰਕਰ ਘਰ-ਘਰ ਜਾ ਕੇ ਲੋਕਾਂ ਨੂੰ ਡਿਜੀਟਲ ਤਰੀਕੇ ਦੇ ਨਾਲ ਛੋਟੀ ਰਕਮ ਦੇ ਨਾਲ ਪਾਰਟੀ ਦੇ ਲਈ ਆਰਥਿਕ ਸਹਿਯੋਗ ਦੇਣ ਦੀ ਅਪੀਲ ਕਰਨਗੇ ਵਰਕਰਾਂ ਨੂੰ ਵੱਧ ਤੋਂ ਵੱਧ ਲੋਕਾਂ ਦੇ ਨਾਲ ਇਜ਼ਲੀ ਪਾਰਟੀ ਵਰਕਰਾਂ ਦੇ ਦਰਮਿਆਨ ਮੁਕਾਬਲੇਬਾਜ਼ੀ ਵਾਲਾ ਮਾਹੌਲ ਬਣਿਆ ਹੋਇਆ ਹੈ ਵਰਕਰਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਜੋ ਵਰਕਰ ਵੱਤੋ ਵੱਤ ਲੋਕਾਂ ਨੂੰ ਮਾਈਕਰੋ ਡੋਨੇਸ਼ਨ ਕਰਵਾਉਣਗੇ ਉਹਨਾਂ ਨੂੰ ਨਮੋ ਐਪ ਦੇ ਵਿੱਚ ਲੀਡਰ ਬੋਰਡ ਤੇ ਪ੍ਰਮੁਖਤਾ ਦੇ ਨਾਲ ਦਿਖਾਇਆ ਜਾਵੇਗਾ ਮੁਹਿਮ ਦੇ ਨਾਲ ਜੁੜੇ ਪਾਰਟੀ ਦੇ ਯੁਵਾ ਮੋਰਚਾ ਦੇ ਕਨੇਤਾ ਨੇ ਦੱਸਿਆ ਕਿ ਇਸ ਦੇ ਲਈ ਪਾਰਟੀ ਦੇ ਨਮੋ ਐਪ ਰਾਹੀਂ ਲੋਕਾਂ ਨੂੰ 5 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਦੇ ਸਹਿਯੋਗ ਦੀ ਅਪੀਲ ਕੀਤੀ ਹੈ ਮਾਈਕਰੋ ਡੋਨੇਸ਼ਨ ਕਰਨ ਵਾਲੇ ਲੋਕਾਂ ਦੇ ਵਿੱਚ ਪਾਰਟੀ ਦੇ ਪ੍ਰਤੀ ਆਪਣੇ ਪੰਧ ਦੀ ਭਾਵਨਾ ਮਜ਼ਬੂਤ ਹੋਵੇਗੀ ਜੋ ਲੋਕ ਪਾਰਟੀ ਨੂੰ ਮਿਹਨਤ ਦੇ ਨਾਲ ਕਮਾਇਆ ਤਾਂ ਦੇਣਗੇ ਉਹ ਨਿਸ਼ਚਿਤ ਤੌਰ ਤੇ ਪਾਰਟੀ ਵਰਕਰਾਂ ਨੂੰ ਚਾਹਤ ਕਰਨ ਅਤੇ ਉਹਨਾਂ ਨੂੰ ਇਸ ਦੀ ਜਾਣਕਾਰੀ ਦੇਣ ਦੇ ਲਈ ਇੱਕ ਵੀਡੀਓ ਵੀ ਪ੍ਰਸਾਰਿਤ ਕੀਤੀ ਗਈ ਹੈ ਇਹ ਮੁਹਿੰਮ ਪਾਜਪਾ ਦੇ ਨਾਲ ਮਾਸਟਰ ਸਟ੍ਰੋਕ ਸਾਬਤ ਹੋ ਸਕਦੀ ਹੈ ਇਸ ਯੋਜਨਾ ਦੀ ਸਮਾਪਤੀ 11 ਫਰਵਰੀ ਨੂੰ ਦੀਨदयाल उपाध्याय ਦੀ ਵਰਸੀ ਨੂੰ ਹੋਵੇਗੀ ਪਾਰਟੀ ਦਾ ਕਹਿਣਾ ਹੈ ਕਿ ਇਸ ਦਾ ਉਦੇਸ਼ ਸਿਰਫ ਫੰਡ ਇਕੱਠਾ ਕਰਨਾ ਨਹੀਂ ਸਗੋਂ ਲੋਕਾਂ ਨੂੰ ਪਾਰਟੀ ਦੇ ਨਾਲ ਜੋੜਨਾ ਤੇ ਉਹਨਾਂ ਨੂੰ ਹਮਾਇਤਿਤ ਕਰਨਾ ਵੀ ਹੈ ਪਾਰਟੀ ਦੇ ਹੋਰ ਨੇਤਾ ਨੇ ਪਛਾਣ ਉਜਾਗਰ ਨਾ ਕਰਨ ਦੀ ਸ਼ਰਤੇ ਦੱਸਿਆ ਕਿ ਇਸ ਦੇ ਰਾਹੀਂ ਇਕੱਠੇ ਕਈ ਨਿਸ਼ਾਨੇ ਲਗਾਏ ਜਾਣਗੇ ਪਾਰਟੀ ਦੇ ਲਈ ਚੰਦੇ ਵਾਸਤੇ ਸਿਰਫ 5 ਰੁਪਏ ਦੀ ਘਟੋਕਟ ਰਕਮ ਨਿਰਧਾਰਤ ਕੀਤੀ ਗਈ ਹੈ ਇਸ ਦੇ ਨਾਲ ਗਰੀਬ ਤੋਂ ਗਰੀਬ ਵਿਅਕਤੀ ਵੀ ਪਾਰਟੀ ਦੇ ਨਾਲ ਜੁੜਿਆ ਜਾ ਸਕੇਗਾ ਡੋਨੇਸ਼ਨ ਦੇਣ ਵਾਲੇ ਵਿਅਕਤੀ ਤੱਕ ਨਮੋ ਐਪ ਦੀ ਪਹੁੰਚ ਵੀ ਹੋ ਜਾਵੇਗੀ ਜਿਸ ਦੇ ਨਾਲ ਲੋਕਾਂ ਤੱਕ 파ਟੀ ਦੀ ਸਿੱਧੀ ਪਹੁੰਚ ਹੋਵੇਗੀ ਇਸ ਇਲਾਵਾ ਡੋਨੇਸ਼ਨ ਦੇਣ ਵਾਲੇ ਵਿਅਕਤੀ ਨਾਲ ਵੀ ਸਥਾਨਕ ਵਰਕਰਾਂ ਦਾ ਸਿੱਧਾ ਸੰਪਰਕ ਸਥਾਪਿਤ ਹੋਵੇਗਾ ਇਸ ਨਾਲ ਹੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਅੱਜ ਫਿਲਹਾਲ ਇੰਨਾ ਹੀ ਆਪਣੇ ਦੋਸ਼ੀ ਤਲ ਉਦਿਓ اجازت ਹੈ ਤੁਸੀਂ ਜੁੜੇ ਰਹੋਗੇ ਕੈਨੇਡੀਅਨ ਸਾਥ ਦੇ ਨਾਲ